ਸਾਚੂਰੇ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ 11 ਅਕਤੂਬਰ ਹੈ ਦਿਨ ਸੋਮਵਾਰ ਹੈ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਨੇ ਆ ਲਖੀਮਪੁਰ ਖੀਰੀ ਕਤਲ ਕਾਂਡ ਦੇ ਰੋਸ ਦੇ ਵਿੱਚ ਅਤਿਨਸਾਫ਼ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ ਦੀ ਉੱਧਵ ਠਾਕਰੇ ਸਰਕਾਰ ਨੇ ਅੱਜ ਮਹਾਰਾਸ਼ਟਰ ਬੰਦ ਰੱਖਣ ਦਾ ਐਲਾਨ ਕੀਤਾ ਹੈ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ 12 ਘੰਟਿਆਂ ਦੀ ਪੁੱਛ ਪੜਤਾਲ ਦੇ ਮਗਰੋਂ ਅਦਾਲਤ ਨੇ ਇਹ ਹੁਕਮ ਕੀਤਾ ਹੈ ਪੁਲਿਸ ਨੇ ਪੁਲਿਸ ਰਿਮਾਂਡ ਮੰਗਿਆ ਸੀ ਪਰ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ ਤਾਂ ਕਿ ਪੁਲਿਸ ਕੋਈ ਜਿਹੜਾ ਹੈਗਾ ਟਾਰਚਰ ਨਾ ਕਰ ਸਕੇ ਇਹ ਵੀ ਪਤਾ ਲੱਗਿਆ ਕਿ ਕੇਂਦਰੀ ਮੰਤਰੀ ਦੇ ਲਾਲ ਨੂੰ ਕੋਵਿਡ ਪ੍ਰੋਟੋਕੋਲ ਦਾ ਤਰਕ ਦੇ ਕੇ ਇਕਾਂਤ ਵਾਸਤੇ ਵਿੱਚ ਰੱਖਿਆ ਗਿਆ ਹੈ ਯਾਨੀ ਕਿ ਅਲੱਗ ਰੱਖਿਆ ਗਿਆ ਹੈ ਪੁਲਿਸ ਨੇ ਇਹ ਤਰਕ ਦਿੱਤਾ ਹੈ ਕਿ ਸ਼ੁਰੂਆਤ ਦੇ ਵਿੱਚ ਹਰੇਕ ਕੈਦੀ ਨੂੰ ਮੁੱਖ ਬੈਰਕ ਤੋਂ ਦੂਰ ਇਕਾਂਤ ਵਾਸ ਵਿੱਚ ਹੀ ਰੱਖਿਆ ਗਿਆ ਦਾ ਜੇਲ੍ਹ ਦਾ ਖਾਣਾ ਦਿੱਤਾ ਜਾਂਦਾ ਹੈ ਇਕਾਂਤਵਾਸ ਦਾ ਸਮਾਂ 14 ਦਿਨ ਦਾ ਹੁੰਦਾ ਹੈ ਫਿਰ ਉਸ ਦੇ ਮੈਡੀਕਲ ਟੈਸਟ ਕੀਤੇ ਜਾਣਗੇ ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਦੂਸਰੀ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਮੁਜ਼ਾਹਰਾਂਕਾਰੀਆਂ ਵਿੱਚ ਸ਼ਾਮਲ ਮਾੜੇ ਤੱਤਾਂ ਨੇ ਐਸ ਯੂ ਵੀ ਸਵਾਰ ਬੀ ਜੀ ਪੀ ਦੇ ਕਾਰਕੁਨਾਂ ਤੇ ਹਮਲਾ ਕੀਤਾ ਪਰ ਐਫ ਆਈ ਆਰ ਵਿੱਚ ਕਿਸਾਨਾਂ ਦੀ ਗੱਡੀ ਹੇਠਾਂ ਕੇ ਦਰੜੇ ਜਾਣ ਜਾਂ ਕੇਂਦਰੀ ਰਾਜ ਮੰਤਰੀ ਅਜੀਤ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਾਰ ਵਿੱਚ ਮੌਜੂਦ ਹੋਣ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ ਤੇ ਸ਼ਿਕਾਇਤਕਰਤਾ ਨੇ ਬੀ ਜੀ ਪੀ ਕਾਰਕੁਨਾਂ ਨੂੰ ਕੁੱਟਕੁੱਟ ਕੇ ਜਾਂਦਾ ਦਾਵਾ ਕੀਤਾ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੇ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੇ ਲਈ ਲਾਈਆਂ ਧਰਾਵਾਂ ਤੇ ਸਵਾਲ ਚੁੱਕਦੇ ਕਿ ਹੈ ਕਿ ਅਜੇ ਮਿਸ਼ਰਾ ਦੇ ਕੇਂਦਰੀ ਵਜ਼ਾਰਤ ਵਿੱਚ ਰਹਿੰਦੇ ਆ ਇਸ ਕੇਸ ਵਿੱਚ ਨਿਰਪੱਖ ਜਾਂਚ ਮੁਸ਼ਕਲ ਹੈ ਕਿਸਾਨ ਲੀਡਰਾਂ ਨੇ ਘਟਨਾ ਵਾਲੀ ਥਾਂ ਤੋਂ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੇ ਵੀ ਖਦਸ਼ੇ ਪ੍ਰਗਟਾਏ ਨੇ ਤੇ ਅੱਜ 11 ਤਰੀਕ ਹੈ ਕਿਸਾਨਾਂ ਨੇ ਅੱਜ ਤੱਕ ਦੇ ਲਈ ਅਲਟੀਮੇਟਮ ਜਿਹੜਾ ਉਹ ਯੂਪੀ ਪ੍ਰਸ਼ਾਸਨ ਨੂੰ ਤੇ ਕੇਂਦਰ ਸਰਕਾਰ ਨੂੰ ਦਿੱਤਾ ਹੋਇਆ ਹੈ ਕਿ ਜੇ ਅੱਜ ਤੱਕ ਸਾਰੇ ਜਿਹੜੇ ਮੁਲਜ਼ਮ ਨੇ ਆਸ਼ੀਸ਼ ਮਿਸ਼ਰਾ ਤਾਂ ਗ੍ਰਿਫਤਾਰ ਕਰ ਲਿਆ ਉਹਦਾ ਉਹਨੂੰ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਤੇ ਬਾਕੀ ਜਿਹੜੇ ਸਹਿ ਮੁਲਜ਼ਮ ਸੀਗੇ ਆ ਆਸ਼ੀਸ਼ ਮਿਸ਼ਰਾ ਦੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇਹ ਅੱਜ ਤੱਕ ਦਾ ਅਲਟੀਮੇਟਮ ਕਿਸਾਨਾਂ ਨੇ ਦਿੱਤਾ ਹੋਇਆ ਤੇ ਅੱਜ ਤੋਂ ਬਾਅਦ ਜੇ ਅੱਜ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਕੱਲ ਤੋਂ ਲੈ ਕੇ ਲਗਾਤਾਰ ਪੂਰਾ ਮਹੀਨਾ ਅਕਤੂਬਰ ਦਾ ਜਿਹੜਾ ਉਹਦੇ ਵਿੱਚ ਵੱਡੇ ਰੋਸ ਮੁਜ਼ਾਰੇ ਨੇ ਜਿਹੜੇ ਤਿੱਖੇ ਐਲਾਨ ਨੇ ਉਹ ਕੀਤੇ ਨੇ ਕਿਸਾਨਾਂ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਅੰਜਾਮ ਵੀ ਦਿੱਤਾ ਜਾਊਗਾ ਤੇ ਕੱਲ ਨੂੰ ਚਾਰੇ ਸ਼ਹੀਦ ਕਿਸਾਨਾਂ ਦੇ ਨਾਲ-ਨਾਲ ਪੱਤਰਕਾਰ ਰਮਨ ਕਸ਼ਯਪ ਦੀ ਅੰਤਿਮ ਅਰਦਾਸ ਮੌਕੇ ਯੂਪੀ ਦੇ ਤਿਕੋਣੀਆਂ ਦੇ ਵਿੱਚ ਵੱਡਾ ਅਰਦਾਸ ਸਮਾਗਮ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਕੱਲ ਨੂੰ ਉੱਥੇ ਪਹੁੰਚਣ ਦੇ ਲਈ ਸਾਰੇ ਦੇਸ਼ ਦੇ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਕੱਲ ਨੂੰ ਸ਼ਾਮ ਨੂੰ ਜਿਹੜਾ ਹੈਗਾ ਮੋਮਬੱਤੀ ਮਾਰਚ ਵੀ ਕੱਢੇ ਜਾਣਗੇ ਜਿਹੜੇ ਲੋਕ ਇਹਨਾਂ ਮੋਮਬੱਤੀ ਮਾਰਚਾਂ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਉਹ ਰਾਤ ਨੂੰ 8 ਵਜੇ ਆਪੋ ਆਪਣੇ ਘਰਾਂ ਦੇ ਵਿੱਚ ਪੰਜ ਦੀਵੇ ਜਾਂ ਪੰਜ ਮੋਮਬੱਤੀਆਂ ਬਾਲ ਕੇ ਉਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਜ਼ਰੂਰ ਦੇਣ ਇੱਕ ਕਿਸਾਨ ਲੀਟਰਾਂ ਨੇ ਅਪੀਲ ਕੀਤੀ ਹੈ ਵਰਣ ਗਾਂਧੀ ਨੇ ਕਿਹਾ ਕਿ ਲਖੀਮਪੁਰ ਖੀਰੀ ਹੰਸਾ ਨੂੰ ਹਿੰਦੂ ਤੇ ਸਿੱਖ ਦੀ ਲੜਾਈ ਦੇ ਵਿੱਚ ਬਦਲਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਉਹ ਗਲਤ ਹੈ ਕਾਂਗਰਸ ਨੇ ਕੱਲ ਯੂਪੀ ਦੇ ਵਿੱਚ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਕਿਸਾਨ ਨਿਆਏ ਰੈਲੀ ਕਰਕੇ ਯਾਨੀ ਕਿ ਕਾਂਗਰਸ ਇਸ ਜਿਹੜਾ ਮਸਲੇ ਦਾ ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰਿਆੰਕਾ ਗਾਂਧੀ ਨੇ ਕਿਹਾ ਕਿ ਸਰਕਾਰ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਵਿਚਾਰ ਰਹੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਮਹਿੰਗਾਈ ਸਮੇਤ ਕਿਸਾਨਾਂ ਦੀ ਮੌਤ ਤੇ ਮੋਦੀ ਜੀ ਚੁੱਪ ਧਾਰ ਕੇ ਬੈਠੇ ਨੇ ਕੱਲ ਬਰਨਾਲਾ ਜ਼ਿਲ੍ਹੇ ਦੇ ਵਿੱਚ ਬੀਕੇਯੂ ਸਿੱਧੂਪੁਰ ਦੇ ਵੱਲੋਂ ਚੇਤਾਵਨੀ ਰੈਲੀ ਕੀਤੀ ਗਈ ਇਸ ਰੈਲੀ ਦੇ ਵਿੱਚ ਹੋਏ ਇਕੱਠ ਨੇ ਸਰਕਾਰ ਨੂੰ ਚਿੰਤਾਵ ਤਾ ਜ਼ਰੂਰ ਪਾਇਆ ਹੋਏਗਾ ਨਵਜੋਤ ਸਿੰਘ ਸਿੱਧੂ ਅੱਜ ਫੇਰ ਭੁਖ ਹੜਤਾਲ ਤੇ ਬੈਠਣਗੇ ਲਖੀਮਪੁਰ ਖੀਰੀ ਕਤਲकांड ਦੇ ਮਾਮਲੇ ਦੇ ਵਿੱਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਸਿੱਧੂ ਮੋੜ ਤੋਂ ਭੁਖ ਹੜਤਾਲ ਕਰਨਗੇ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਨਵਜੋਤ ਸਿੰਘ ਸਿੱਧੂ ਸਮੇਤ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਤੇ ਹੋਰ ਲੀਡਰ ਮੌਨ ਵਰਤ ਵਿੱਚ ਸ਼ਾਮਲ ਹੋਣਗੇ ਤੇ ਇਹ ਪ੍ਰੋਗਰਾਮ ਪੰਜਾਬ ਕਾਂਗਰਸ ਦੇ ਵੱਲੋਂ ਲਿਖੇ ਜਾਣ ਦੀ ਜਾਣਕਾਰੀ ਮਿਲੀ ਹੈ ਹਾਲਾਂਕਿ ਸਿੱਧੂ ਨੇ ਟਵੀਟ ਕਰਕੇ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਸੁਖਬੀਰ ਬਾਦਲ ਨੇ ਸਿੱਧੂ ਦੇ ਮੌਨ ਵਰਤ ਨੂੰ ਡਰਾਮਾ ਦੱਸਿਆ ਹੈ ਬੀਜੇਪੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਵੀ ਕਾਮੇਡੀ ਸ਼ੋਅ ਜਾਪਦੀ ਹੈ ਬਰਨਾਲਾ ਦੇ ਵਿੱਚ ਜਿੱਥੇ ਜਗਜੀਤ ਸਿੰਘ ਡੱਲੇਵਾਲਾ ਦੇ ਵੱਲੋਂ ਚਤਾਵਨੀ ਰੈਲੀ ਕੀਤੀ ਗਈ ਤਾਂ ਡੱਬ ਵਾਲੀ ਦੀ ਦਾਣਾ ਮੰਡੀ ਦੇ ਵਿੱਚ ਵੀ ਇੱਕ ਵੱਡੀ ਰੈਲੀ ਹੈ ਜਿਹੜੀ ਉਹ ਕੀਤੀ ਗਈ ਮਹਾਸੰमेलन ਕਰਵਾਇਆ ਗਿਆ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਰਾਜੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਦਾ ਮਨੋਹਰ ਲਾਲ ਖੱਟਰ ਉਹਨਾਂ ਨੂੰ ਲੱਠ ਮਾਰਨ ਵਾਲਾ ਬਿਆਨ ਮਹਿੰਗਾ ਪਵੇਗਾ ਹਾਈ ਕੋਰਟ ਤੋਂ ਅਸੀਂ ਮੁੱਖ ਮੰਤਰੀ ਦੀ ਬਰਖਾਸਤਗੀ ਮੰਗਾਂਗੇ ਉਧਰ ਲੰਬੀ ਦੇ ਪਿੰਡ ਬਾਦਲ ਦੇ ਵਿੱਚ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਕਿਸਾਨਾਂ ਮੋਰਚਾ ਹੋਰ ਵੱਡਾ ਹੁੰਦਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ 6ਵੇਂ ਦਿਨ ਵੀ ਕੱਲ ਧਰਨਾ ਜਾਰੀ ਰਿਹਾ ਤੇ ਅੱਜ 7ਵਾਂ ਦਿਨ ਹੋ ਜਾਏਗਾ ਤੇ 13 ਤਰੀਕ ਨੂੰ ਇਹਨਾਂ ਦੀ ਮੀਟਿੰਗ ਹੈ ਜਿਹੜੀ ਉਹ ਮੁੱਖ ਮੰਤਰੀ ਦੇ ਨਾਲ ਹੋਵੇਗੀ ਜਾਂ ਹੋਰ ਅਧਿਕਾਰੀਆਂ ਦੇ ਨਾਲ ਇਸ ਬਾਰੇ ਹਾਲੇ ਕੁਝ ਵੀ ਜਿਹੜਾ ਹੈਗਾ ਫਾਈਨਲ ਨਹੀਂ ਹੈ ਪੰਜਾਬ ਤੇ ਦਿੱਲੀ ਦੇ ਵਿੱਚ ਬਿਜਲੀ ਸੰਕਟ ਦੀ ਗੱਲ ਕਰ ਲਈਏ ਤਾਂ ਹਾਲੇ 3-4 ਦਿਨ ਹੋਰ ਕੱਟ ਲੱਗਣਗੇ ਕੇਂਦਰੀ ਮੰਤਰੀ ਨੇ ਬਿਆਨ ਦਿੱਤਾ ਹੈ ਕੇਂਦਰੀ ਕੋਲਾ ਮੰਤਰੀ ਨੇ ਕਿ 4ਕ ਦਿਨਾਂ ਬਾਅਦ ਇਹ ਸਾਰਾ ਜਿਹੜੇ ਸਾਰਾ ਮਾਹੌਲ ਹੈ ਉਹ ਠੀਕ ਹੋ ਜਾਏਗਾ ਤੇ ਪੰਜਾਬ ਦੇ ਵਿੱਚ ਪਾਵਰ ਕਮਨ ਨੇ ਵੀ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਬੜੀ ਮਹਿੰਗੀ ਬਿਜਲੀ ਹੈ ਜਿਹੜੀ ਉਹ ਸੀ ਖਰੀਦ ਰਹੇ ਆ ਪਹਿਲਾਂ ਦੇ ਨਾਲੋਂ 60% ਦੀ ਘੱਟ ਬਿਜਲੀ ਹੈ ਜਿਹੜੀ ਉਹ ਪੈਦਾ ਹੋ ਰਹੀ ਹੈ ਕੋਲੇ ਦੀ ਘਾਟ ਕਰਕੇ ਸੁਪੰਜਾਬ ਵਾਸੀਆਂ ਨੂੰ ਹਾਲੇ ਲੰਬੇ ਬਿਜਲੀ ਦੇ ਕੱਟ ਨੇ ਜਿਹੜੇ ਉਹ ਚੱਲਣੇ ਪੈਣਗੇ ਸਰਕਾਰੀ ਥਰਮਲਾਂ ਦੇ ਤਿੰਨ ਯੂਨਿਟ ਨੇ ਜਿਹੜੇ ਉਹ ਬੰਦ ਹੋ ਚੁੱਕੇ ਨੇ ਪ੍ਰਾਈਵੇਟ ਥਰਮਲਾਂ ਕੋਲੇ ਸਿਰਫ ਅੱਜ ਤੇ ਕੱਲ ਅੱਧੇ ਦਿਨ ਦਾ ਯਾਨਕੀ ਡੇਢ ਦਿਨ ਦਾ ਕੋਲਾ ਬਚਿਆ ਤੇ ਸਰਕਾਰੀ ਕੋਲ ਸਿਰਫ 4 ਦਿਨਾਂ ਦਾ ਕੋਲਾ ਬਚਿਆ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਸੋਲਰ ਪਾਵਰ ਪਲਾਂਟ ਨੇ ਜਿਹੜੇ ਉਲਾਏ ਜਾਣੇ ਚਾਹੀਦੇ ਨੇ ਨਿੱਜੀ ਤਾਪਕਰ ਜਿਹੜੇ ਲੋੜਿੰਦਾ ਕੋਲਾ ਨਹੀਂ ਰੱਖਦੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮਿਗਾਲਿਆ ਦੇ ਸ਼ਿਲਾਂਗ ਦੇ ਵਿੱਚ ਸਿੱਖਾਂ ਦੇ ਉਜਾੜੇ ਖਿਲਾਫ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਵਾਜ਼ ਚੁੱਕੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਰਕਾਰ ਦੇ ਸ਼ਿਲਾਂਗ ਵਿੱਚ ਰਹਿੰਦੇ ਸਿੱਖਾਂ ਕੋਲੋਂ ਘਰ ਖਾਲੀ ਕਰਵਾਉਣ ਵਾਲੇ ਫੈਸਲੇ ਦੀ ਨਿਖੇਦੀ ਕੀਤੀ ਹੈ ਉਹਨਾਂ ਕਿਹਾ ਕਿ ਇਹ ਸਿੱਖ ਪਰਿਵਾਰ ਦਹਾਕੀਆਂ ਤੋਂ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਣਾ ਗੈਰ ਸੰਵਧਾਨਿਕ ਕਹਤੇ ਭਾਰਤ ਸਰਕਾਰ ਨੂੰ ਵੀ ਕਹੇ ਕਿ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੇ ਬੀਜਾਂ ਤੇ ਸਬਸਿਡੀ ਦਾ ਤੋਹਫਾ ਦੇਣ ਦਾ ਫੈਸਲਾ ਲਿਆ ਹੈ ਰੀਜਨਲ ਸੀਡ ਸਰਟੀਫਿਕੇਸ਼ਨ ਆਫੀਸਰ ਕੋਟਕਪੂਰਾ ਡਾਕਟਰ ਜਸਵਿੰਦਰ ਸਿੰਘ ਨੇ ਸਰਕਾਰ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਕਹਿੰਦੇ ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਸਬਸਿਡੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਯਾਨੀ ਕਿ ਹੁਣ ਨਿੱਜੀ ਡੀਲਰਾਂ ਤੇ ਕੰਪਨੀਆਂ ਤੋਂ ਕਣਕ ਦਾ ਤਸਦੀਕਸ਼ੁਦਾ ਬੀਜ ਖਰੀਦਣ ਤੇ ਵੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਏਗੀ ਵਿਦਿਆਰਥੀਆਂ ਦੇ ਨਾਲ ਜੁੜੀ ਮਹੱਤਵਪੂਰਨ ਖਬਰ ਹੈ CBSE ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਢੰਗ ਬਦਲ ਦਿੱਤਾ ਹੈ ਇਸ ਵਾਰੀ ਨਵੰਬਰ ਵਿੱਚ ਹੋਣ ਵਾਲੇ ਪੇਪਰਾਂ ਲਈ ਵਿਦਿਆਰਥੀਆਂ ਨੂੰ ਬਹੁ ਵਿਕਲਪੀ ਪ੍ਰਸ਼ਨਾਂ ਦੇ ਜਵਾਬ ਹੀ ਦੇਣੇ ਪੈਣਗੇ ਜਦਕਿ ਪਿਛਲੀਆਂ ਸਾਲਾਨਾ ਪ੍ਰੀਖਿਆਵਾਂ ਦੇ ਵਿੱਚ ਵਿਸਥਾਰ ਸਹਿਤ ਪ੍ਰਸ਼ਨ ਨੇ ਜਿਹੜੇ ਉਹ ਪੁੱਛੇ ਜਾਂਦੇ ਸੀ ਪਹਿਲੀ ਟਰਮ ਦੀਆਂ ਪ੍ਰੀਖਿਆਵਾਂ 15 ਨਵੰਬਰ ਤੋਂ ਸ਼ੁਰੂ ਹੋਣ ਦੀ ਆਸ ਹੈ ਤੇ ਡੇਟਸ਼ੀਟ ਹੈ ਜਿਹੜੀ ਜਲਦੀ ਆ ਜਾਵੇਗੀ ਪਹਿਲਾਂ 80% ਦੀ ਸਬਜੈਕਟਿਵ ਸਵਾਲ ਹੁੰਦੇ ਸੀ ਤੇ 20% ਦੀ ਆਬਜੈਕਟਿਵ ਹੁੰਦੇ ਸੀ ਪਰ ਹੁਣ ਸਾਰੇ ਦੇ ਸਾਰੇ 100% ਦੀ ਸਵਾਲ ਨੇ ਜਿਹੜੇ ਉਹ ਬਹੁ ਹੋਣਗੇ ਯਾਨੀ ਕਿ ਆਬਜੈਕਟਿਵ ਹੋਣਗੇ ਪਹਿਲਾਂ ਹਰ ਵਿਸ਼ੇ ਦੀ ਪ੍ਰੀਖਿਆ 3 ਘੰਟੇ ਦੀ ਹੁੰਦੀ ਸੀ ਤੇ ਹੁਣ ਸਿਰਫ 90 ਮਿੰਟ ਦਾ ਪੇਪਰ ਹੋਵੇਗਾ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਹੁਣ ਖਬਰਾਂ ਵਿਸਤਾਰ ਦੇ ਨਾਲ ਬਿਜਲੀ ਸੰਕਟ ਦੀ ਗੱਲ ਕਰੀਏ ਤਾਂ ਪੰਜਾਬ ਸਣੇ ਦਿੱਲੀ ਦੇ ਵਿੱਚ ਵੀ ਬਿਜਲੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਪੰਜਾਬ ਅਤੇ ਦਿੱਲੀ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਨੇ ਪਰ ਸਰਕਾਰਾਂ ਨੇ ਜਿਹੜੀਆਂ ਉਹ ਇਸ ਨੂੰ ਹਲੇ ਤੱਕ ਸੰਭਾਲ ਨਹੀਂ ਪਾ ਰਹੀਆਂ CMD PSPL AV ਨੂੰ ਪ੍ਰਸਾਦ ਨੇ ਕਿਹਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੂਬਾ ਭਰ ਦੇ ਵਿੱਚ ਕੋਲਾ ਆਧਾਰਿਤ ਥਰਮਲ ਪਲਾਂਟ ਕੋਲੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਹੇ ਕਰ ਰਹੇ ਨੇ ਗੁਆਂਢੀ ਸੂਬੇ ਦਿੱਲੀ ਹਰਿਆਣਾ ਤੇ ਰਾਜਸਥਾਨ ਦੇ ਨਾਲ-ਨਾਲ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਕੋਲੇ ਦੀ ਭਾਰੀ ਘਾਟ ਦੇ ਹਾਲਾਤ ਬਣੇ ਹੋਏ ਨੇ ਸੀਐਮਡੀ ਨੇ ਖੁਲਾਸਾ ਕੀਤਾ ਕਿ ਮੌਜੂਦਾ ਸਮੇਂ ਸੂਬੇ ਦੇ ਸਾਰੇ ਥਰਮਲ ਪਲਾਂਟਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਕੋਲਾ ਆਧਾਰਿਤ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ ਡੇਢ ਦਿਨ ਦਾ ਹੀ ਕੋਲੇ ਦਾ ਸਟਾਕ ਬਚਿਆ ਜਦ ਕਿ ਸਰਕਾਰੀ ਮਲਕੀਅਤ ਵਾਲੇ ਥਰਮਲ ਪਲਾਂਟਾਂ ਦੇ ਵਿੱਚ ਸਿਰਫ 4 ਦਿਨ ਦਾ ਕੋਲਾ ਸਟਾਕ ਬਚਿਆ ਕੋਲੇ ਦੇ 22 ਰੈਕਾਂ ਦੀ ਲੋੜ ਹੁੰਦੀ ਹੈ ਜਿਹਦੇ ਵਿਰੁੱਧ ਸਿਰਫ 11 ਕੋਲਾ ਰੈਕ ਹੀ ਮਿਲੇ ਨੇ ਕੋਲੇ ਦੇ ਖਤਮ ਸਟਾਕ ਦੇ ਕਾਰਨ ਇਹ ਪਲਾਂਟ ਆਪਣੇ ਉਤਪਾਦਨ ਸਮਰੱਥਾ ਦੇ 50 ਫੀਸ ਤੋ ਵੀ ਘੱਟ ਕੰਮ ਕਰ ਰਹੇ ਨੇ ਹੁਣ ਆਏ ਵੀ ਕਿ ਪੀਐਸਪੀਸੀਐਲ ਬਹੁਤ ਜ਼ਿਆਦਾ ਦਰਾਂ ਤੇ ਯਾਨੀ ਕਿ ਬਹੁਤ ਮਹਿੰਗੇ ਭਾਅ ਤੇ ਖੇਤੀਬਾੜੀ ਸੈਕਟਰ ਸਮੇਤ ਸੂਬੇ ਦੇ ਖਪਤਕਾਰਾਂ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਮਾਰਕੀਟ ਤੋਂ ਬਿਜਲੀ ਖਰੀਦ ਰਿਹਾ ਹੈ exchange ਤੋਂ 11 ਰੁਪਏ 60 ਪੈਸੇ ਪ੍ਰਤੀ ਯੂਨਿਟ ਦੀ ਦਰ ਦੇ ਨਾਲ 10 ਤਰੀਕ ਨੂੰ ਲਗਭਗ 1800 ਮੈਗਾਵਾਟ ਬਿਜਲੀ ਖਰੀਦੀ ਜਾ ਚੁੱਕੀ ਹੈ ਯਾਨੀ ਕਿ ਐਤਵਾਰ ਨੂੰ ਇੰਨੇ ਮਹਿੰਗੇ ਭਾਅ ਦੇ ਉੱਤੇ ਬਿਜਲੀ ਹੈ ਜਿਹੜੀ ਉਹ ਪੀਐਸਪੀਸੀਐਲ ਨੇ ਖਰੀਦੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜਾ ਕਰਜ਼ਾ ਹੈ ਉਹ ਕਿੰਨਾ ਵੱਧ ਰਿਹਾ ਹੋਵੇਗਾ ਹੁਣ ਇਹ ਵੀ ਦੱਸਿਆ ਕਿ ਬੁੱਧਵਾਰ ਤੱਕ ਰੋਜ਼ਾਨਾ ਤਕਰੀਬਨ 2 ਤੋਂ 3 ਘੰਟੇ ਬਿਜਲੀ ਦੇ ਕੱਟ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਲਾਉਣੇ ਜ਼ਰੂਰੀ ਹੋਣਗੇ ਤੇ ਕੋਲਾ ਸੰਕਟ ਕਾਰਨ ਲੋਡ ਦੇ ਸਮੇਂ ਦੇ ਵਿੱਚ ਵੇਨੂੰ ਪ੍ਰਸਾਦ ਨੇ ਪੰਜਾਬ ਦੇ ਖਪਤਕਾਰਾਂ ਨੂੰ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ اپیل ਕੀਤੀ ਹੈ ਇਸ ਦਰਮਿਆਨ سوشل میڈیا ਦੇ ਉੱਤੇ ਵੀ ਪੋਸਟਰ ਹੈ ਜਿਹੜਾ ਉਹ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਲੋਕਾਂ ਨੂੰ اپیل ਕੀਤੀ ਜਾ ਰਹੀ ਹੈ ਕਿ ਬਿਨਾਂ ਲੋਡ ਤੋਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਰੱਖੋ ਅਤੇ ਸਾਰੇ ਜਿਹੜੇ ਬਿਜਲੀ ਦੇ ਸਾਧਨ ਨੇ ਉਹਨਾਂ ਨੂੰ ਤੁਸੀਂ ਸੰਜਮ ਦੇ ਨਾਲ ਹੀ ਵਰਤੋ ਇਸ ਮੌਕੇ ਅਸੀਂ ਵੀ ਜ਼ਰੂਰ ਸਾਰੇ ਲੋਕਾਂ ਨੂੰ اپیل ਕਰਾਂਗੇ ਕਿ ਹੁਣ ਮੌਸਮ ਠੀਕ ਹੋ ਗਿਆ ਤੇ ਜਿਹੜਾ ਹੈਗਾ ਬਿਨਾਂ ਮਤਲਬ ਤੋਂ ਏਸੀ ਜਾਂ ਫਿਰ ਕੂਲਰ ਚਲਾਉਣ ਦੀ ਜਿਹੜੀ ਵਰਤੋਂ ਹੈ ਉਸ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਦੁਨੀਆ ਦੇ ਉੱਤੇ ਬਹੁਤ ਸਾਰੇ ਅਜਿਹੇ ਲੋਕ ਵੀ ਹੈਗੇ ਨੇ ਜਿਨ੍ਹਾਂ ਨੂੰ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਏਸੀ ਦੀ ਹਵਾ ਸ਼ਾਇਦ ਨਸੀਬ ਨਹੀਂ ਹੁੰਦੀ ਬਿਜਲੀ ਸੰਕਟ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਆ ਕਿ ਪੰਜਾਬ ਨੂੰ ਪਛਤਾਵੇ ਤੇ ਮੁਰੰਮਤ ਦੀ ਨਹੀਂ ਸਗੋਂ ਨਿਗਰਾਨੀ ਤੇ ਹਾਲਾਤਾਂ ਮੁਤਾਬਿਕ ਤਿਆਰੀ ਕਰਨ ਦੀ ਲੋੜ ਹੈ ਨਿੱਜੀ ਤਾਪ ਬਿਜਲੀ ਘਰਾਂ ਨੂੰ ਹਦਾਇਤਾਂ ਮੁਤਾਬਿਕ 30 ਦਿਨ ਦਾ ਅਗਾਊ ਕੋਲਾ ਜਮਾ ਨਾ ਰੱਖਣ ਅਤੇ ਘਰੇਲੂ ਖਪਤਕਾਰਾਂ ਨੂੰ ਨਜਾਇਜ਼ ਤੰਗ ਕਰਨ ਲਈ ਜੁਰਮਾਨਾ ਹੋਣਾ ਚਾਹੀਦਾ ਹੈ ਇਹ ਵੇਲਾ ਸੋਲਰ ਬਿਜਲੀ ਖਰੀਦ ਸਮਝੌਤੇ ਕਰਨ ਅਤੇ ਛੱਤ ਉੱਤੇ ਸੂਰਜੀ ਊਰਜਾ ਪੈਨਲ ਲਾ ਕੇ ਇਹਨਾਂ ਨੂੰ ਗ੍ਰਿਡ ਦੇ ਨਾਲ ਜੋੜਨ ਦਾ ਹੈ ਯਾਨੀ ਕਿ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਸੂਰਜੀ ਜੀ ਊਰਜਾ ਯਾਨੀ ਕਿ ਸੋਲਰ ਜਿਹੜੇ ਪਾਵਰ ਸੋਲਰ ਪਲਾਂਟ ਨੇ ਉਹ ਲਾਉਣੇ ਚਾਹੀਦੇ ਨੇ ਤੇ ਸਰਕਾਰ ਨੂੰ ਸੋਲਰ ਦੇ ਬਿਜਲੀ ਸਮਝੌਤੇ ਵੀ ਕਰਨੇ ਚਾਹੀਦੇ ਨੇ ਤੇ ਜੇ ਦਿੱਲੀ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਵੀ ਬਿਜਲੀ ਦਾ ਸੰਕਟ ਨਹੀਂ ਘਟਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਤੇ ਕੇਜਰੀਵਾਲ ਨੇ ਟਵੀਟ ਕਰਕੇ ਸਾਰੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਿਜਲੀ ਦਾ ਹੋਰ ਸੰਕਟ ਚਲਣਾ ਪੈ ਸਕਦਾ ਹੈ ਦਿੱਲੀ ਵਾਸੀਆਂ ਨੂੰ ਦੇਸ਼ ਭਰ ਦੇ ਵਿੱਚ ਕੋਲੇ ਦੀ ਲਗਾਤਾਰ ਇੱਕਦਮ ਕਮੀ ਆ ਗਈ ਹੈ ਦਿੱਲੀ ਵੀ ਉਹਨਾਂ ਪੁਆਇੰਟਾਂ ਤੋਂ ਹੀ ਕੋਲਾ ਖਰੀਦ ਰਿਹਾ ਜਿੱਥੋਂ ਬਾਕੀ ਸੂਬੇ ਖਰੀਦ ਰਹੇ ਨੇ ਤੋ ਕੇਜੜੀ ਵਾਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਦਖਲ ਮੰਗਿਆ ਹੈ ਮੋਦੀ ਸਾਹਿਬ ਨੇ ਤਾਂ ਹਾਲੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਪਰ ਕੇਂਦਰ ਦੇ ਇੱਕ ਮੰਤਰੀ ਨੇ ਜਿਹੜਾ ਹੈਗਾ ਜਵਾਬ ਦਿੱਤਾ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਪਰ ਪਹਿਲਾਂ ਦਿੱਲੀ ਦੇ ਜਿਹੜੇ ਊਰਜਾ ਮੰਤਰੀ ਸਤਿੰਦਰ ਜੈਨ ਉਹਨਾਂ ਦੀ ਚੇਤਾਵਨੀ ਦੱਸ ਦਿੰਨੇ ਆ ਉਹਨਾਂ ਕਹਿੰਦੇ ਕਿ ਜੇ ਮੌਜੂਦਾ ਹਾਲਾਤ ਨਾ ਸੁਧਰੇ ਤਾਂ ਰਾਜਸਥਾਨ ਵਿੱਚ ਅਗਲੇ 2 ਦਿਨਾਂ ਦੇ ਅੰਦਰ ਬਲੈਕਆਊਟ ਦੇ ਹਾਲਾਤ ਬਣ ਸਕਦੇ ਨੇ ਤੇ ਸਤਿੰਦਰ ਜੈਨ ਨੇ ਤਾਂ ਬਿਜਲੀ ਦੀ ਕਮੀ ਦੀ ਤੁਲਨਾ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਪੈਦਾ ਹੋਏ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਨਾਲ ਕੀਤੀ ਹੈ ਇੱਕ ਦਿਨ ਪਹਿਲਾਂ ਬਵਾਨਾ ਪਾਵਰ ਪਲਾਂਟ ਦੀ ਗੈਸ ਸਪਲਾਈ ਬੰਦ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਜੋ ਸੂਬਾ ਸਰਕਾਰ ਨੇ ਇਸ ਵਿੱਚ ਦਖਲ ਦਿੱਤਾ ਤਾਂ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਸਤਿੰਦਰ ਜੈਨ ਨੇ ਸ਼ਨੀਵਾਰ ਨੂੰ ਬਿਜਲੀ ਵਿਭਾਗ ਤੇ એનર્ਜੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਦਿੱਲੀ ਨੂੰ ਆਪਣੀ ਲੋਡ ਦੀ ਬਿਜਲੀ ਦਾ ਇੱਕ ਵੱਡਾ ਹਿੱਸਾ ਦਾਦਰੀ ਸਥਿਤ ਐਨਟੀਪੀਸੀ ਪਲਾਂਟ ਤੇ ਝੱਜਰ ਸਥਿਤ ਥਰਮਲ ਪਾਵਰ ਤੋਂ ਮਿਲਦਾ ਹੈ ਤੇ ਦਿੱਲੀ ਦਾ ਆਪਣਾ ਕੋਈ ਥਰਮਲ ਪਾਵਰ ਪਲਾਂਟ ਨਹੀਂ ਹੈ ਤੇ ਬਿਜਲੀ ਦੇ ਸੰਕਟ ਦਰਮਿਆਨ ਕੇਂਦਰੀ ਕੋਲਾ ਮੰਤਰੀ ਪ੍ਰਲਾਦ ਜੋਸ਼ੀ ਦਾ ਬਿਆਨ ਆਇਆ ਉਹਨਾਂ ਕਿਹਾ ਕਿ ਕੋਮੰਤਰੀ ਬਾਜ਼ਾਰ ਦੇ ਵਿੱਚ ਕੋਲਾ ਮਹਿੰਗਾ ਹੋਣ ਕਰਕੇ ਇਸ ਦੀ ਪੂਰਤੀ ਅਤੇ ਬਿਜਲੀ ਦੇ ਉਤਪਾਦਨ ਦੇ ਵਿੱਚ ਕਮੀ ਆਈ ਹੈ ਹਾਲਾਂਕਿ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਅਗਲੇ 3 ਤੋਂ 4 ਦਿਨਾਂ ਤੱਕ ਹਾਲਾਤ ਠੀਕ ਹੋ ਜਾਣਗੇ ਯਾਨੀ ਕਿ ਦੇਸ਼ ਵਾਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿਹੜੇ-ਜਿਹੜੇ ਸੂਬਿਆਂ ਦੇ ਵਿੱਚ ਵੀ ਬਿਜਲੀ ਦਾ ਸੰਕਟ ਹੈ ਜਿੱਥੇ ਕੋਲੇ ਦੀ ਕਮੀ ਹੈ ਉਹ ਇਹ ਮੰਨ ਕੇ ਚੱਲਣਗੇ ਅਗਲੇ 3-4 ਦਿਨ ਹਾਲਾਤ ਐਵੇਂ ਤਾਂ ਪੱਕਾ ਹੀ ਰਹਿਣਗੇ ਇਸ ਤੋਂ ਵੱਧ ਵੀ ਸਕਦੇ ਨੇ ਕਿਉਂਕਿ ਇਹ ਤਾਂ ਮੰਤਰੀ ਜੀ ਦੇ ਕਹਿਣ ਦੇ ਮੁਤਾਬਕ ਹੈ ਕਿ ਤ ਜਾਦ ਦੇ ਨਾਲ ਚ ਸਾਰਾ ਕੁਝ ਠੀਕ ਕਰ ਲਵਾਂਗੇ ਪਰ ਉਸ ਤੋਂ ਵੱਧ ਕਿੰਨੇ ਦਿਨ ਲੱਗਦੇ ਨੇ ਇਸ ਬਾਰੇ ਆਪਾਂ ਨਹੀਂ ਸੋਚ ਸਕਦੇ ਕੋਲਾ ਮੰਤਰੀ ਨੇ ਕਿਹਾ ਕਿ ਜੇ ਪਿਛਲੇ ਕਈ ਸਾਲਾਂ ਦੇ ਅੰਕੜਿਆਂ ਨੂੰ ਮਿਲਾਈਏ ਤਾਂ ਇਹ ਸਮਝ ਵਿੱਚ ਆਉਂਦਾ ਕਿ ਇਸ ਸਾਲ ਸਤੰਬਰ ਤੇ ਖਾਸ ਕਰਕੇ ਅਕਤੂਬਰ ਦੇ ਵਿੱਚ ਕੋਲੇ ਦਾ ਉਤਪਾਦਨ ਅਤੇ ਇਸ ਦੀ ਜਿਹੜੀ ਪੂਰਤੀ ਹੈ ਉਹ ਸਭ ਤੋਂ ਵੱਧ ਰਹੀ ਹੈ ਪਰ ਫਿਰ ਵੀ ਸਾਨੂੰ ਉਮੀਦ ਹੈ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਆਮ ਵਾਂਗ ਹੋ ਜਾਣਗੇ ਉਨਾ ਕਾਰਨ ਇਹੀ ਦੱਸਿਆ ਕਿ ਕੋਮਾਂਤਰੀ ਬਾਜ਼ਾਰ ਦੇ ਵਿੱਚ ਕੋਲੇ ਦੇ ਪਾ ਇੱਕਦਮ ਵਧਣ ਦੇ ਕਾਰਨ ਅਜਿਹੀ ਸਥਿਤੀ ਬਣੀ ਹੈ ਕੋਲਾ ਮੰਤਰੀ ਨੇ ਇਹ ਵੀ ਦੱਸਿਆ ਕਿ ਅਗਲੇ 1-2 ਦਿਨਾਂ ਦੇ ਵਿੱਚ ਕੋਲੇ ਦੀ ਕਿੰਨੀ ਉਪਲਬਧਤਾ ਹੈ ਸਾਡੇ ਕੋਲੇ ਕਿੰਨਾ ਕੋਲਾ ਪਿਆ ਹੈ ਇਸ ਦਾ ਪੂਰਾ ਬਿਉਰਾ ਪੂਰੀ ਜਾਣਕਾਰੀ ਅਸੀਂ ਦੇਸ਼ ਦੇ ਸਾਹਮਣੇ ਰੱਖ ਦਿਆਂਗੇ ਲਖੀਮਪੁਰ ਖੀਰੀ ਕਤਲकांड ਦੀ ਗੱਲ ਕਰ ਲਈਏ ਤਾਂ ਅਜੇ ਮਿਸ਼ਰਾ ਦਾ ਪੁੱਤਰ ਜੋ ਆਸ਼ੀਸ਼ ਮਿਸ਼ਰਾ ਹੈ ਉਸ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਦਾ ਖਾਲਸ ਟੀਵੀ ਨੇ ਸਭ ਤੋਂ ਪਹਿਲਾਂ ਇਹ ਖਬਰ ਦਿਖਾਈ ਸੀ ਅਤੇ ਜਿਹੜਾ ਚੈਨਲ 24 ਹੈ ਉਹਨਾਂ ਨੇ ਵੀ ਇਸ ਖਬਰ ਤੇ ਮੋਹਰ ਲਾਈ ਸੀ ਕਿ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਾਕੀ ਸਾਰੇ ਮੀਡੀਆ ਨੇ ਅੱਧੀ ਰਾਤ ਨੂੰ ਇਹ ਖਬਰਾਂ ਨੇ ਜੜੀਆਂ ਉਹ ਚਲਾਈਆਂ ਸੀ। ਖੈਰ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ। ਆਮ ਤੌਰ ਤੇ ਜੇ ਆਪਾਂ ਦੇਖ ਲਈਏ ਕਿਸੇ ਵੀ ਮਸਲੇ ਦੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਜਦੋਂ ਗ੍ਰਿਫਤਾਰ ਕਿਤਾ ਜਾਂਦਾ ਤਾਂ ਉਹਦਾ ਪੁਲਿਸ ਰਿਮਾਂਡ ਜ਼ਰੂਰ ਲਿਆ ਜਾਂਦਾ ਪਰ ਕਤਲ ਕੇਸ ਦੇ ਵਿੱਚ ਫਸੇ ਹੋਏ ਮੰਤਰੀ ਦੇ ਲਾਲ ਨੂੰ ਪੁਲਿਸ ਰਿਮਾਂਡ ਨਹੀਂ ਬਲਕਿ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹਾਲਾਂਕਿ ਪੁਲਿਸ ਨੇ ਇਹ ਕਿ ਹੈ ਕਿ ਮੰਤਰੀ ਦਾ ਪੁੱਤਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਹੀ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਹਾਲਾਂਕਿ ਪੁਲਿਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਲਖੀਮਪੁਰ ਖੀਰੀ ਜੇਲ੍ਹ ਦੇ ਵਿੱਚ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਦੇ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਜਿਹੜੀ ਸਿਟ ਹੈ ਉਸ ਦੇ ਮੁਖੀ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ ਉਪੇਂਦਰ ਅਗਰਵਾਲ ਉਹਨਾਂ ਨੇ ਕਿਹਾ ਕਿ ਮਿਸ਼ਰਾ ਨੇ ਪੁਲਿਸ ਦੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਨਹੀਂ ਹੈਗੇ ਉਹ ਸਹੀ ਗੱਲਾਂ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਇਸ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤ ਦੇ ਵਿੱਚ ਸਿਟ 3 ਦਿਨਾਂ ਦਾ ਪੁਲਿਸ ਰਿਮਾਨਡ ਮੰਗ ਰਹੀ ਸੀ ਪਰ ਆਸ਼ੀਸ਼ ਮਿਸ਼ਰਾ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਮਿਸ਼ਰਾ ਦੇ ਹੱਕ ਦੇ ਵਿੱਚ ਹੀ ਫੈਸਲਾ ਸੁਣਾਇਆ ਐਨਡੀ ਟੀਵੀ ਦੀ ਖਬਰ ਦੇ ਮੁਤਾਬਿਕ ਪੁੱਛਗਿੱਛ ਦੇ ਵਿੱਚ ਕੀ ਕੁਝ ਸਵਾਲ ਪੁੱਛੇ ਗਏ ਐਨਡੀ ਟੀਵੀ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਨੇ ਕਿ ਹਾਸੀ ਕੇ ਉਹ ਘਟਨਾ ਵਾਲੀ ਥਾਂ ਤੋਂ 4-5 ਕਿਲੋਮੀਟਰ ਦੂਰ ਕੁਸ਼ਤੀ ਮੁਕਾਬਲੇ ਦੇ ਵਿੱਚ ਮੌਜੂਦ ਸੀ ਜਦ ਕਿ ਪ੍ਰੋਗਰਾਮ ਦੇ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਦੱਸਿਆ ਸੀ ਕਿ ਆਸ਼ੀਸ਼ ਦੁਪਹਿਰੇ 2 ਤੋਂ 4 ਵਜੇ ਦੇ ਵਿੱਚ ਲਾਪਤਾ ਸੀ ਅਖਬਾਰ ਹਿੰਦੁਸਤਾਨ ਟਾਈਮਜ਼ ਲਿਖਿਆ ਹੈ ਕਿ ਆਸ਼ੀਸ਼ ਤੋਂ ਉਸ ਦੇ ਟਿਕਾਣੇ ਤੇ ਘਟਨਾ ਵਿੱਚ ਉਸ ਦੀ ਭੂਮਿਕਾ ਬਾਰੇ ਕਈ ਸਵਾਲ ਪੁੱਛੇਗੇ। ਪੁਲਿਸ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਅਖਬਾਰ ਨੇ ਕਿਹਾ ਕਿ 9 ਮੈਂਬਰੀ ਜਾਂਚ ਕਮੇਟੀ ਨੇ ਆਸ਼ੀਸ਼ ਤੇ ਲਈ 40 ਸਵਾਲ ਤਿਆਰ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ ਘਟਨਾ ਦੇ ਸਮੇਂ ਆਪਣਾ ਟਿਕਾਣਾ ਸਪਸ਼ਟ ਹੀ ਨਹੀਂ ਕਰ ਸਕਿਆ। ਯੂਪੀ ਪੁਲਿਸ ਦੇ ਵਿਧਿਕ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਉਹਨਾਂ ਨੇ 6 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਦੇ ਵਿੱਚੋਂ 3 ਦੀ ਤਾਂ ਹਿੰਸਾ ਦੇ ਵਿੱਚ ਹੀ ਮੌਤ ਹੋ ਗਈ, 2 ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਵਿੱਚੋਂ ਇੱਕ ਆਸ਼ੀਸ਼ ਮਿਸ਼ਰਾ ਹੈ ਜਦਕਿ ਇੱਕ ਮੁਲਜ਼ਮ ਦੀ ਤਿਹੋ ਦਾ ਸੰਯੁਕਤ ਕਿਸਾਨ ਮੋਰਚੇ ਨੇ ਮੋੜ ਤੋਂ ਸਰਕਾਰ ਨੂੰ ਯਾਦ ਕਰਾਇਆ ਹੈ ਕਿ 11 ਅਕਤੂਬਰ ਤੱਕ ਤੁਹਾਡਾ ਅਲਟੀਮੇਟਮ ਹੈ ਮੋਰਚੇ ਦੀ ਇਹ ਮੰਗ ਹੈ ਕਿ ਸਿਰਫ ਆਸ਼ੀਸ਼ ਮਿਸ਼ਰਾ ਨਹੀਂ ਬਲਕਿ ਉਸ ਦੇ ਪੁੱਤ ਉਸ ਦੇ ਪਿਤਾ ਅਜੀਤ ਮਿਸ਼ਰਾ ਨੂੰ ਬਰਖਾਸਤ ਕਰਕੇ ਉਹਨੂੰ ਵੀ ਗ੍ਰਿਫਤਾਰ ਕਰੋ ਅਤੇ ਜਿਹੜੇ ਸਹਿਦੋਸ਼ੀ ਹੈਗੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਉੱਤਰ ਪ੍ਰਦੇਸ਼ ਸਰਕਾਰ ਤੇ ਭਾਰਤ ਸਰਕਾਰ ਨੂੰ ਮੋਰਚੇ ਨੇ ਚੇਤਾਵਨੀ ਦਿੱਤੀ ਹੈ ਯਾਦ ਕਰਵਾਇਆ ਹੈ ਕਿ ਅਜੇ ਮਿਸ਼ਰਾ ਟੇਨੀ ਦੀ ਗ੍ਰਿਫਤਾਰੀ ਤੇ ਬਰਖਾਸਤਗੀ ਹਾਲੇ ਵੀ ਬਚੀ ਹੋਈ ਹੈ ਤੇ ਜਿਹੜੇ ਦੋ ਹੋਰ ਸੁਮਿਤ ਜੈਸਵਾਲ ਤੇ ਇੱਕ ਹੋਰ ਬੰਦਾ ਹੈ ਉਸਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਝੋਨੇ ਦੀ ਖਰੀਦ ਹਾਲੇ ਕਈ ਥਾਵਾਂ ਤੇ ਸ਼ੁਰੂ ਨਹੀਂ ਹੋ پا ਰਹੀ ਹੈ। ਕਪਾਹ ਦਾ ਨੁਕਸਾਨ ਹੋਇਆ ਜਿਹੜਾ ਉਹਦਾ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਜਾ ਰਿਹਾ। ਸਰਕਾਰਾਂ ਕਿਸਾਨਾਂ ਦੇ ਮੁੱਦੇ ਕਿਉਂ ਨਹੀਂ ਸੁਲ ਜਾ ਰਹੀਆਂ? ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਪੁਲਿਸ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕਰ ਰਹੀ ਹੈ ਲਗਾਤਾਰ ਕਿਸਾਨਾਂ ਨੂੰ ਤੰਗ ਕਰ ਰਹੀ ਹੈ ਅਜਿਹੇ ਜਿਹੜੇ ਦੋਰੇ ਮਾਪਦਾਨ ਨੇ ਸਰਕਾਰ ਦੇ ਉਹ ਸਵੀਕਾਰਨਯੋਗ ਨਹੀਂ ਹਨ ਉਧਰ ਭਾਜਪਾ ਦੇ ਸੰਸਦ ਮੈਂਬਰ ਵਰुण ਗਾਂਧੀ ਨੇ ਫਿਰ ਲਖੀਮਪੁਰ ਖੀਰੀ ਘਟਨਾ ਤੇ ਆਪਣਾ ਪ੍ਰतिकਰਮ ਦਿੱਤਾ ਦੋਸ਼ ਲਾਇਆ ਕਿ ਲਖੀਮਪੁਰ ਖੀਰੀ ਹਿੰਸਾ ਨੂੰ ਹਿੰਦੂ ਬਨਾਮ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਕੋਸ਼ਿਸ਼ ਨਾ ਸਿਰਫ ਅਨੈਤਿਕ ਅਤੇ ਗਲਤ ਧਾਰਨਾ ਪੈਦਾ ਕਰ ਰਹੀ ਹੈ ਬਲਕਿ ਖਤਰਨਾਕ ਵੀ ਹੈ ਉਧਰ ਹਰਿਆਣਾ ਸਰਕਾਰ ਸਿੰਗੂ ਬਾਰਡਰ ਅਤੇ ਟਿੱਕਰੀ ਬਾਰਡਰ ਨੂੰ ਵੀ ਖਾਲੀ ਕਰਵਾਉਣ ਦੇ ਲਈ ਕਾਲੀ ਪਈ ਹੋਈ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਤਰ ਨੇ ਸ਼ਨੀਵਾਰ ਨੂੰ ਜਿਹੜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਦੇ ਜਵਾਬ ਦੇ ਵਿੱਚ ਟ੍ਰੈਕਟਰ ਟੂ ਟਵਿੱਟਰ ਨੇ ਵੱਡਾ ਜਿਹੜਾ ਸਬੂਤ ਹੈ ਉਹ ਪੇਸ਼ ਕੀਤਾ ਹੈ ਟਰੈਕਟਰ ਟੂ ਟਵਿੱਟਰ ਨੇ ਆਪਣੇ ਹੈਂਡਲ ਤੇ ਤਸਵੀਰ ਸਾਂਝੀ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਹਨਾਂ ਦਾਅਵਿਆਂ ਨੂੰ ਝੂਠਾ ਸਾਬਿਤ ਕੀਤਾ ਜਿਦੇ ਵਿੱਚ ਉਹ ਵਾਰ-ਵਾਰ ਕਹਿ ਰਹੇ ਨੇ ਕਿ ਕਿਸਾਨਾਂ ਨੇ ਹਾਈਵੇ ਰੋਕ ਰੱਖਿਆ ਹੈ ਕਿਸਾਨਾਂ ਕਰਕੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਇਹਦਾ ਜਵਾਬ ਦਿੰਦੇ ਹੋਏ ਟ੍ਰੈਕਟਰ ਟੂ ਟਵਿੱਟਰ ਨੇ ਸਿੰਗੂ ਬਾਰਡਰ ਦੀ ਜਿਹੜੀ ਇੱਕ ਇੱਕ ਜਿਹੜਾ ਏਰੀਅਲ 뷰 ਹੈ ਉਹਦੀ ਤਸਵੀਰ ਸਾਂਝੀ ਕੀਤੀ ਹੈ ਜ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਦੋ ਲੇਨ ਸੜਕ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਖਾਲੀ ਛੱਡੀ ਹੋਈ ਹੈ ਕਿਸਾਨਾਂ ਨੇ ਲੰਘਣ ਦੇ ਲਈ ਪਰ ਉਸ ਸੜਕ ਦੇ ਮੂਹਰੇ ਜਾ ਕੇ ਦਿੱਲੀ ਪੁਲਿਸ ਨੇ ਬਹੁਤ ਹੀ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ ਇਸ ਕਰਕੇ ਰਾਹ ਕਿਸਾਨਾਂ ਨੇ ਨਹੀਂ ਰੋਕੇ ਰਾਹ ਸਿਰਫ ਪੁਲਿਸ ਨੇ ਰੋਕੇ ਹੋਏ ਨੇ ਲਖੀਮਪੁਰ ਖੀਰੀ ਦੇ ਇਸ ਕਤਲकांड ਦੇ ਦਰਮਿਆਨ ਪੀੜਤਾਂ ਨੂੰ ਹਾਲੇ ਵੀ ਨਿਆਂ ਦੀ ਉਡੀਕ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲੇ ਵੀ ਆਪਣੀ ਜ਼ੁਬਾਨ ਨਹੀਂ ਖੋਲੀ ਹੈ ਹਾਲਾਂਕਿ ਵਿਦੇਸ਼ਾਂ ਦੇ ਵਿੱਚ ਵੀ ਇਸ ਘਟਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇੰਗਲੈਂਡ ਦੀਆਂ ਦਿਖਾਉਨੇ ਹਾਂ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਦੇ ਵਿੱਚ ਘਟਨਾ ਦੀ ਸੋਗ ਲਹਿਰ ਹੈ ਜਿਹੜੀ ਉਹ ਪਹੁੰਚ ਗਈ ਹੈ ਬਰਮਿੰਗਮ ਦੇ ਵਿੱਚ ਭਾਰਤ ਦੇ ਕੌਂਸੂਲੇਟ ਜਨਰਲ ਦੇ ਬਾਹਰ ਇੱਥੋਂ ਦੇ ਜਿਹੜੇ ਲੋਕ ਹੈਗੇ ਨੇ ਖਾਸ ਕਰਕੇ ਸਿੱਖ ਭਾਈਚਾਰੇ ਨੇ 9 ਅਕਤੂਬਰ ਨੂੰ ਦੁਪਹਿਰ 12 ਵਜੇ ਸ਼ਹੀਦ ਹੋਏ ਕਿਸਾਨਾਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਉੱਥੇ ਮੋਦੀ ਸਰਕਾਰ ਨੂੰ ਰਾਜ ਕੇ ਲਾਂਤਾਂ ਵੀ ਪਾਈਆਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ 16 ਅਕਤੂਬਰ ਨੂੰ ਰੋहतक ਦੇ ਵਿੱਚ ਮਕਡੋਲੀ ਟੋਲ ਪਲਾਜ਼ਾ ਤੇ ਹੋਣ ਵਾਲੀ ਕਿਸਾਨ ਮਜ਼ਦੂਰ ਤਾਲਮੇਲ ਮਹਾਪੰਚਾਇਤ ਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸਵੇਰੇ 10 ਵਜੇ ਪਹੁੰਚਣ ਦੀ ਅਪੀਲ ਕੀਤੀ ਹੈ 10 ਅਕਤੂਬਰ ਦੇ ਦਿਨ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਵਿਆਹ ਸਾਦੇ ਢੰਗ ਨਾਲ ਕੀਤਾ ਸੈਭਜ਼ਾਦਾਜੀਤ ਸਿੰਘ ਨਗਰ ਮੁਹਾਲੀ ਦੇ ਫੇਜ਼ 3B1 ਸਥਿਤ ਗੁਰਦੁਆਰਾ ਸਾਚਾਤਨ ਸਾਹਿਬ ਵਿਖੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਬਰਾਤ ਅਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਸਵਾਗਤ ਤੋਂ ਬਾਅਦ ਨਾਸ਼ਤਾ ਪਰੋਸਿਆ ਗਿਆ ਉਸ ਤੋਂ ਬਾਅਦ ਆਨੰਦਕਾਰਜ ਹੋਇਆ ਮੁੱਖ ਮੰਤਰੀ ਚੰਨੀ ਆਪਣੇ ਲਾੜੇ ਪੁੱਤਰ ਦੀ ਫੋਰਚੂਨਰ ਗੱਡੀ ਖੁਦ ਚਲਾ ਕੇ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਵਿਆਹ ਦੇ ਵਿੱਚ ਤੜਕਪੜਕ ਨਹੀਂ ਦਿਸੀ ਉੱਥੇ ਹੀ ਆਨੰਦਕਾਰਜ ਤੋਂ ਬਾਅਦ ਨਵੇਂ ਵਿਆਹੇ ਜੋੜੇ ਦੇ ਨਾਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਾਰੇ ਮਹਿਮਾਨਾਂ ਨੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਇਸ ਮੋਕੇ ਅਨੰਦਕਾਰ ਜੀ ਅਰਦਾਸ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਕੀਤੀ। ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਾਂ ਕਿ ਅੱਜ ਕੱਲ ਰਵਾਇਤ ਇਹ ਬਣ ਗਈ ਹੈ ਕਿ ਲਾੜੇ ਤੇ ਪਰਿਵਾਰ ਦੇ ਕੁਝ ਸੀਮਤ ਵਿਅਕਤੀ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਬਾਕੀ ਸਾਰੇ ਮੈਰਿਜ ਪੈਲੇਸ ਵਿੱਚ ਬਹਿ ਕੇ ਖਾਣ ਪੀਣ ਵਾਲੇ ਪ੍ਰੋਗਰਾਮ ਤੇ ਧਿਆਨ ਦਿੰਦੇ ਨੇ ਪਰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਨੇ ਆਪਣੇ ਪੁੱਤਰ ਦਾ ਵਿਆਹ ਗੁਰਦੁਆਰਾ ਸਾਹਿਬ ਵਿੱਚ ਕਰਨ ਮੌਕੇ ਸਾਰੇ ਮਹਿਮਾਨ ਇਥੇ ਹੀ ਸੱਦੇ ਅਤੇ ਪੰਗਤ ਵਿੱਚ ਬਹਿ ਕੇ ਲੰਗਰ ਛਕਾਇਆ ਇਹੀ ਅਸਲ ਗੁਰਸਿੱਖ ਰਵਾਇਤਾਂ ਦੇ ਮੁਤਾਬਿਕ ਵਿਆਹ ਦਾ ਤਰੀਕਾ ਹੈ ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਸਮੇਤ ਕੇਂਦਰੀ ਲੀਡਰ ਕੁਮਾਰੀ ਸ਼ੈਲਜਾ ਸਾਰਾ ਪੰਜਾਬ ਦਾ ਮੰਤਰੀ ਮੰਡਲ ਸਾਬਕਾ ਸੇਤ ਮੰਤਰੀ ਬਲਵੀਰ ਸਿੰਘ ਸਿੱਧੂ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਤੇ ਹੋਰ ਸੀਨੀਅਰ ਲੀਡਰ ਨੇ ਜਿਹੜੇ ਉਹ ਹਾਜ਼ਰ ਸਨ ਪਰ ਖਾਸ ਗੱਲ ਇਹ ਦੇਖਣ ਨੂੰ ਰਹੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਹੋਏ ਹਾਲਾਂਕਿ ਟਵਿੱਟਰ ਦੇ ਉੱਤੇ ਜੋ ਨਵਜੋਤ ਸਿੰਘ ਸਿੱਧੂ ਨੇ ਤਸਵੀਰ ਆਪਣੀ ਸਾਂਝੀ ਕੀਤੀ ਹੈ ਉਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਮਾਤਾ ਵੈਸ਼ਨੂ ਦੇਵੀ ਵਿਖੇ ਮੱਥਾ ਟੇਕਣ ਪਹੁੰਚੇ ਹੋਏ ਸੀ ਡੇਰਾ ਸਿਰਸਾ ਦਾ ਬਲਾਤਕਾਰੀ ਦੇ ਕਤਲ ਸਾਧ ਤੀਜੇ ਕੇਸ ਵਿੱਚ ਵੀ ਦੋਸ਼ੀ ਪਾਏ ਜਾਣ ਤੋਂ ਬਾਅਦ ਨਿਰਾਸ਼ ਹੈ ਪਿਛਲੇ ਦਿਨੀ ਰਾਮ ਰਹੀਮ ਨੂੰ ਰਣਜੀਤ ਸਿੰਘ ਦੇ ਕਤਲ ਕੇਸ ਦੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹ 3 ਦਿਨ ਤੋਂ ਕਹਿੰਦੇ ਠੀਕ ਤਰੀਕੇ ਦੇ ਨਾਲ ਖਾਣਾ ਨਹੀਂ ਖਾ ਰਿਹਾ ਰਾਮ ਰਹੀਮ ਜਨਸੀ ਸੋਸ਼ਲ ਮਾਮਲੇ ਵਿੱਚ ਸੁਨਾਰੀਆ ਦੀ ਜੇਲ੍ਹ ਵਿੱਚ 20 ਸਾਲੀ ਸਜ਼ਾ ਭੁਗਤ ਰਿਹਾ ਹੈ ਤੇ ਹੁਣ ਤੀਜੇ ਕੇਸ ਦੇ ਵਿੱਚ ਵੀ 12 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਹੈ ਫੈਸਲਾ ਸੁਣਾਇਆ ਜਾਣਾ ਹੈ ਸਜ਼ਾ ਕੀ ਮਿਲਣੀ ਹੈ ਤਾਂ ਉਸ ਤੋਂ ਪਹਿਲਾਂ ਰਾਮ ਰਹੀਮ ਆਪਣੀ ਮਾਂ ਨਸੀਬਕੌਰ ਨੂੰ ਅਤੇ ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ ਹੈ ਪਰ ਜੇਲ੍ਹ ਪ੍ਰਸ਼ਾਸਨ ਨੇ ਇਨਕਾਰ ਕਰ ਦਿੱਤਾ ਸਜ਼ਾ ਤੇ ਆਉਣ ਵਾਲੇ ਫੈਸਲੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰੰਧ ਕੀਤੇ ਜਾ ਰਹੇ ਨੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਮੰਗਲਵਾਰ ਯਾਨੀ ਕਿ 12 ਤਰੀਕ ਨੂੰ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਹੋਵੇਗਾ ਕੁਝ ਅਖਬਾਰ ਚੰਡੀਗੜੀਆਂ ਨੂੰ ਮੁਬਾਰਕਾਂ ਦੇ ਰਹੇ ਨੇ ਪਰ ਇਹ ਵਿੰਗਾਤਮਕ ਮੁਬਾਰਕਾਂ ਹੈਗੀਆਂ ਨੇ ਜਿਹੜੀਆਂ ਚੰਡੀਗੜੀਆਂ ਨੂੰ ਬੜੀ ਤਕਲੀਫ ਦੇਣ ਗਿਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਪੈਟਰੋਲ ਨੇ ਸੈਂਕੜਾ ਮਾਰ ਦਿੱਤਾ ਪੈਟਰੋਲ 100 ਰੁਪਏ 24 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ ਪੈਟਰੋਲ ਦੇ ਵਿੱਚ ਐਤਵਾਰ ਨੂੰ ਵੀ 30 ਪੈਸੇ ਅਤੇ ਡੀਜ਼ਲ ਦੇ ਵਿੱਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਇਸ ਵਾਰ ਦੇ ਵਾਧੇ ਵਿੱਚ ਡੀਜ਼ਲ ਹੈ ਜਿਹੜਾ ਉਹ ਪੈਟਰੋਲ ਦੇ ਨਾਲੋਂ ਜ਼ਿਆਦਾ ਵਧਾਇਆ ਜਾ ਰਿਹਾ ਹੈ ਲੱਗਦਾ ਹੈ ਕਿ ਸਰਕਾਰ ਪੈਟਰੋਲ ਜਿੰਨਾ ਹੀ ਡੀਜ਼ਲ ਦਾ ਰੇਟ ਤੈਅ ਕਰਨ ਦੇ ਲਈ ਕਾਲੀ ਹੋਈ ਪਈ ਹੈ ਚੰਡੀਗੜ੍ਹ ਦੇ ਵਿੱਚ ਪੈਟਰੋਲ ਹੁਣ 100 ਰੁਪਏ 24 ਪੈਸੇ ਤੇ ਡੀਜ਼ਲ 92 ਰੁਪਏ 55 ਪੈਸੇ ਪ੍ਰਤੀ ਲੀਟਰ ਹੋ ਗਿਆ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਪੈਟਰੋਲ ਸੈਂਕੜਾ ਮਾਰ ਚੁੱਕਿਆ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਪਵਿੱਤਰ ਯਾਤਰਾ ਐਤਵਾਰ ਨੂੰ ਗੁਰਮਰਿਆਦਾ ਮੁਤਾਬਕ ਅਰਦਾਸ ਤੇ ਹੁਕਮਨਾਮੇ ਤੋਂ ਬਾਅਦ ਸਮਾਪਤ ਹੋ ਗਈ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸਜਾਇਆ ਨਗਰ ਕੀਰਤਨ ਤੋਂ ਬਾਅਦ 418 ਜੋਸ਼ੀ ਮੱਠ ਫੌਜੀਆਂ ਦੀ ਦੇਖਰੇਖ ਵਿੱਚ ਗੁਰਦੁਆਰਾ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪੰਥ ਕਰਵਾਇਤਾ ਦੇ ਮੁਤਾਬਕ ਸੁਖਾਸਨ ਕਰ ਦਿੱਤਾ ਗਿਆ। ਅਖੀਰਲੇ ਦਿਨ 1700 ਸ਼ਰਧਾਲੂ ਕਿਵਾੜ ਬੰਦ ਹੋਣ ਮੌਕੇ ਹਾਜ਼ਰ ਸਨ। ਟਰਸਟ ਵੱਲੋਂ ਸਾਰੀ ਸੰਗਤ ਦਾ ਧ ਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਸਾਲ ਯਾਤਰਾ ਦੇ ਸੰਚਾਲਨ ਦੇ ਵਿੱਚ ਸਹਿਯੋਗ ਦਿੱਤਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਇਸ ਸਾਲ 18 ਸਤੰਬਰ ਨੂੰ ਹੀ ਸ਼ੁਰੂ ਹੋਈ ਸੀ ਮੌਸਮ ਦੀ ਖਰਾਬੀ ਤੇ ਕਰੋਨਾ ਕਰਕੇ ਯਾਤਰਾ ਲੇਟ ਸ਼ੁਰੂ ਕੀਤੀ ਗਈ ਸੀ ਤੇ ਇਸ ਵਾਰੀ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਯਾਤਰਾ ਪੂਰਾ 1 ਮਹੀਨਾ ਵੀ ਨਹੀਂ ਚੱਲੀ ਤੇ ਇਹਨਾਂ ਦਿਨਾਂ ਦੇ ਵਿੱਚ ਕੁੱਲ 11000 ਸ਼ਰਧਾਲੂਆਂ ਨੇ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕੀਤੇ ਹਿਮਕੁੰਡ ਸਾਹਿਬ ਦੀ ਯਾਤਰਾ ਹਰ ਸਾਲ ਮਈ ਦੇ ਅਖੀਰਲੇ ਤੇ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ ਪਰ ਕੋਵਿਡ 19 ਕਰਕੇ ਇਸ ਵਾਰੀ ਕਰੀਬ 3 ਮਹੀਨੇ ਦੇਰੀ ਦੇ ਨਾਲ ਇਹ ਯਾਤਰਾ ਆਰੰਭ ਹੋਈ ਸੀ ਤੇ ਪਿਛਲੇ ਸਾਲ ਤਾਂ ਯਾਤਰਾ ਕੀਤੀ ਹੀ ਨਹੀਂ ਗਈ ਮਾਲਵੇ ਦੇ ਬਰਨਾਲਾ ਜ਼ਿਲ੍ਹੇ ਤੋਂ ਖਬਰ ਹੈ ਜਿੱਥੇ ਦਾਣਾ ਮੰਡੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਚੇਤਾਵਨੀ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕੀਤੀ ਅਤੇ ਇਸ ਰੈਲੀ ਦੇ ਵਿੱਚ ਲੋਕਾਂ ਦਾ ਇਕੱਠ ਦੇਖਦਿਆਂ ਹੀ ਬਣਦਾ ਸੀ ਠਾਠਾਂ ਮਾਰਦੇ ਇਕੱਠ ਦੇ ਨਾਲ ਪੰਡਾਲ ਹੀ ਨਹੀਂ ਬਲਕਿ ਪੰਡਾਲ ਤੋਂ ਬਾਹਰ ਕਿੰਨੀ ਲੰਬੀ ਗਿਣਤੀ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਇਸ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਤੇ ਇਸ ਚਿਤਾਵਨੀ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿਰਫ ਪੰਜਾਬ ਹੀ ਨਹੀਂ ਬਲਕਿ ਦੂਸਰੇ ਸੂਬਿਆਂ ਤੋਂ ਵੀ ਲੋਕ ਪਹੁੰਚੇ ਕਿਸਾਨ ਪਹੁੰਚੇ ਪਰ ਵੱਡੀ ਗਿਣਤੀ ਪੰਜਾਬ ਦੇ ਕਿਸਾਨਾਂ ਦੀ ਸੀ ਜਗਜੀਤ ਸਿੰਘ ਡੱਲੇਵਾਲਾ ਸਮੇਤ ਇੱਥੇ ਯੁਧਵੀਰ ਸਿੰਘ ਯੂਪੀ ਤੋਂ ਬੂਟਾ ਸਿੰਘ ਸ਼ਾਦੀਪੁਰ ਸਤਨਾਮ ਸਿੰਘ ਬਹਿਰੂ ਅਭਿਮੰਨੀਓ ਜਿਹੜੇ ਨੌਜਵਾਨ ਲੀਡਰ ਨੇ ਹਰਿਆਣਾ ਤੋਂ ਉਹ ਵੀ ਪਹੁੰਚੇ ਹੋਏ ਸਨ ਅਤੇ ਅਮਰੀਕਾ ਤੋਂ ਡਾਕਟਰ ਸਵੈਮਾਨ ਸਿੰਘ ਖਾਸ ਤੌਰ ਤੇ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਮਿਗਾਲਿਆ ਦੇ ਸ਼ਿਲੌਂਗ ਦੇ ਵਿੱਚ ਸਿੱਖਾਂ ਨੂੰ ਦੂਸਰੀ ਥਾਂ ਤੇ ਵਸਾਉਣ ਦਾ ਵਿਰੋਧ ਹੈ ਜਿਹੜਾ ਉਹ ਸ਼ੁਰੂ ਹੋ ਗਿਆ ਮਿਗਾਲਿਆ ਕੈਬਨਿਟ ਦੇ ਵੱਲੋਂ ਥੇਮਲਿਊ ਮਾ ਲੌਂਗ ਇਲਾਕੇ ਜਾਂ ਕਹਿ ਲਈਏ ਕਿ ਪੰਜਾਬੀ ਲੇਨ ਇਲਾਕੇ ਵਿੱਚ ਉਹ ਗੈਰ ਕਾਨੂੰਨੀ ਤੌਰ ਤੇ ਕਹਿ ਕੇ ਇੱਥੇ ਸਿੱਖ ਭਾਈਚਾਰੇ ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਦੂਜੀ ਥਾਂ ਤੇ ਵਸਾਉਣ ਦਾ ਜਿਹੜਾ ਹੁਕਮ ਦਿੱਤਾ ਗਿਆ ਹੈ ਉਸ ਦੀ ਖਿਲਾਫਤ ਸ਼ੁਰੂ ਕਰ ਦਿੱਤੀ ਗਈ ਹੈ ਹਰੀਜਨ ਪੰਚਾਇਤ ਕਮੇਟੀ ਇਹ ਕਮੇਟੀ ਜਿਹੜੀ ਕਿ ਦਲਿਤ ਸਿੱਖਾਂ ਦੀ ਪ੍ਰ 代表 ਨੇਤਾ ਕਰਦੀ ਹੈ ਉਸ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਮੁਹਿੰਮ ਚਲਾਉਣ ਤੋਂ ਰੋਕਣ ਦੇ ਲਈ ਹਰ ਕੋਸ਼ਿਸ਼ ਕਰਾਂਗੇ ਉਪ ਮੁੱਖ ਮੰਤਰੀ ਪ੍ਰੈਸਟਨ ਟਾਈਮਸੋਂਗ ਦੀ ਅਗਵਾਈ ਹੇਠ ਬਣੀ ਉੱਚ ਪਦਰੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਕੈਬਨਿਟ ਨੇ ਹਫਤੇ ਦੀ ਸ਼ੁਰੂ ਵਿੱਚ ਇਹ ਫੈਸਲਾ ਲਿਆ ਸੀ ਕਿ ਇੱਥੇ ਵੱਸਦੇ ਲੋਕਾਂ ਨੂੰ ਦੂਸਰੀ ਥਾਂ ਤੇ ਹੁਣ ਵਸਾਇਆ ਜਾਵੇਗਾ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਸੈਂਕੜੇ ਦਲਿਤ ਸਿੱਖ ਪਰਿਵਾਰ ਥੇਮ ਲਿਊ ਮਾਲੋਂਗ ਏਰੀਆ ਯਾਨੀ ਕਿ ਪੰਜਾਬੀ ਲੇਨ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਨੇ ਤੇ ਉਹਨਾਂ ਨੇ ਉੱਚ ਪਦਰੀ ਕਮੇਟੀ ਦੀ ਰਿਪੋਰਟ ਨੂੰ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਜਥੇਬੰਦੀ ਨੇ ਇਲਾਕੇ 'ਚ ਰਹਿ ਰਹੇ ਲੋਕਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਮੁਕਾਬਲਾ ਕਰਨ ਦਾ ਅਹਿਦ ਲਿਆ ਹੈ ਗੁਰਜੀਤ ਸਿੰਘ ਨੇ ਕਿਹਾ ਕਿ ਸੂਬੇ ਦੀ ਸਭ ਤੋਂ ਵੱਡੀ ਰਵਾਇਤੀ ਮਾਰਕੀਟ ਕੋਲ ਪੈਂਦੀ ਢਾਈ ਏਕੜ ਜ਼ਮੀਨ ਤੇ ਵਸੀ ਕਲੋਨੀ ਲਈ ਕਲੋਨੀ ਹੈ ਜਿਹੜੀ ਉਹ ਕਈ ਪਰਿਵਾਰਾਂ ਦੇ ਲਈ ਜੀਵਨ ਰੇਖਾ ਦਾ ਕੰਮ ਕਰਦੀ ਹੈ ਇੱਥੇ ਦੁਕਾਨਾਂ ਤੇ ਕਈ ਬਾਰ ਲੋਕਾਂ ਨੇ ਖੋਲ ਰੱਖੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਲਈ ਮਾਰਤਾ ਜਾਵਾਂਗੇ ਪਰ ਮੇਗਾ ਲਿਆ ਸਰਕਾਰ ਵੱਲੋਂ ਕਿਸੇ ਵੀ ਗੈਰ ਕਾਨੂੰਨੀ ਅਨੈਤਿਕ ਅਤੇ ਬੇਇਨਸਾਫੀ ਵਾਲੀ ਕਾਰਵਾਈ ਦੀ ਆਗਿਆ ਨਹੀਂ ਦੇਵਾਂਗੇ ਇੱਥੇ ਗੁਰੂ ਘਰ ਵੀ ਸੁਸ਼ੋਭਿਤ ਹੈ ਜਿੱਥੇ ਸਿੱਖ ਭਾਈਚਾਰਾ ਆਪਣੇ ਇਸ਼ਟ ਨੂੰ ਨਤਮਸਤਕ ਹੁੰਦਾ ਤੇ ਇੱਥੇ ਗੁਰੂ ਘਰ ਦੇ ਵਿੱਚ ਸਾਰੇ ਧਾਰਮਿਕ ਸਮਾਗਮ ਮਨਾਏ ਜਾਂਦੇ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਸਿੱਖਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਰੰਧਾਵਾ ਨੇ ਇਸ ਫੈਸਲੇ ਖਿਲਾਫ ਕੇਂਦਰੀ ਗ੍ਰਹਿ ਮੰਤਰੀ ਅਤੇ ਮਿਗਾਲਿਆ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਰੋਸ ਜ਼ਾਹਰ ਕਰਨ ਦਾ ਐਲਾਨ ਕੀਤਾ ਹੈ। 2 ਸਾਲ ਪਹਿਲਾਂ ਰੰਧਾਵਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਵਫ਼ਦ ਨੇ ਸ਼ਿਲਾਂਗ ਦਾ ਦੌਰਾ ਕੀਤਾ ਸੀ ਤੇ ਉੱਥੇ ਵਸਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਮਿਲ ਕੇ ਭਰੋਸਾ ਦਿਵਾਇਆ ਸੀ ਕਿ ਉਹਨਾਂ ਦੇ ਉਜਾੜੇ ਖਿਲਾਫ ਆਵਾਜ਼ ਬੁਲੰਦ ਕਰਾਂਗੇ। ਰੰਧਾਵਾ ਨੇ ਕਿਹਾ ਕਿ ਭੂ ਮਾਫੀਆ ਦੇ ਦਬਾਅ ਹੇਠ ਦਾ ਹੱਕਾਂ ਤੋਂ ਸ਼ਿਲਾਂਗ ਰਹਿੰਦੇ ਸਿੱਖਾਂ ਨੂੰ ਆਪ ਸਰਕਾਰ ਇਸ ਫੈਸਲੇ ਦਾ ਸਖਤ ਵਿਰੋਧ ਕਰਦੀ ਹੈ ਇੱਥੇ ਇਹ ਲੋਕ 200 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵਸੇ ਹੋਏ ਨੇ ਪੰਜਾਬ ਦਾ ਟਰਾਂਸਪੋਰਟ ਮਹਿਕਮਾ ਨਵੇਂ ਮੰਤਰੀ ਦੀ ਅਗਵਾਈ ਦੇ ਵਿੱਚ ਬਹੁਤ ਹੀ ਐਕਟਿਵ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਟਰਾਂਸਪੋਰਟ ਵਿਭਾਗ ਨੇ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਬਿਨਾਂ ਟੈਕਸ ਤੇ ਬਿਨਾਂ ਟਾਈਮ ਤੋਂ ਚੱਲ ਰੀਆਂ ਵੱਡੇ ਘਰਾਂ ਦੀਆਂ ਨਿੱਜੀ ਕੰਪਨੀਆਂ ਦੀਆਂ 25 ਬੱਸਾਂ ਨੂੰ ਜ਼ਬਤ ਕੀਤਾ ਹੈ ਇਹ ਬੱਸਾਂ ਰਾਜस्तानी ਡੱਬ ਵਾਲੀ ਅਤੇ ਲਿਬੜਾ ਕੰਪਨੀਆਂ ਦੀਆਂ ਬੱਸਾਂ ਨੇ ਜਿਹੜੀਆਂ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੜਕਾਂ ਤੇ ਦੌੜ ਰਹੀਆਂ ਸੀ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਭਾਗ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਕਿ ਕੋਈ ਵੀ ਗੈਰਕਾਨੂੰਨੀ ਕੰਮ ਹੁੰਦਾ ਹੈ ਉਸ ਨੂੰ ਕਾਬੂ ਕੀਤਾ ਜਾਵੇ। ਜੰਮੂ ਕਸ਼ਮੀਰ ਦੇ ਵਿੱਚ ਵਾਪਰੀਆਂ ਕਤਲ ਦੀਆਂ ਘਟਨਾਵਾਂ ਤੋਂ ਬਾਅਦ ਕੌਮੀ ਜਾਂਚ ਏਜੰਸੀ NIA ਨੇ ISIS Voice of Hind ਅਤੇ TRF ਦੇ ਕਿਸਾਂ ਦੇ ਸੰਬੰਧ ਵਿੱਚ ਕਸ਼ਮੀਰਵਾਦੀ ਵਿੱਚ 16 ਥਾਵਾਂ ਤੇ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਸ਼੍ਰੀਨਗਰ ਅਨੰਤਨਾ ਕੋਲ ਗਾਮਾ ਤੇ ਬਾਰਾਮੂਲਾ ਦੇ 9 ਟਿਕਾਣਿਆਂ ਤੇ ਲਗਾਤਾਰ ਕਈ ਘੰਟਿਆਂ ਤੱਕ ਕਾਰਵਾਈ ਕੀਤੀ ਹੋਣਾ ਕਿਹਾ ਕਿ ਕਈ ਪੱਥਰਵਾਜ਼ਾਂ ਤੇ ਭਾਰਤ ਵਿਰੋਧੀ ਅੰਸਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਕੁੱਲ 70 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪਿਛਲੇ 2-3 ਦਿਨਾਂ ਦੇ ਵਿੱਚ ਪੂਰੇ ਕਸ਼ਮੀਰ ਦੇ ਵਿੱਚ ਕੁੱਲ 570 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੰਮੂ ਕਸ਼ਮੀਰ ਦੇ ਜਿਹੜੇ ਆਮ ਲੋਕ ਨੇ ਉਹ ਵੀ ਇਨ੍ਹਾਂ ਘਟਨਾਵਾਂ ਦੇ ਵਿੱਚ ਪਿਸ ਜਾਂਦੇ ਨੇ ਬਹੁਤ ਵਾਰੀ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਦੇ ਖਿਲਾਫ ਧੱਕਾ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹ ਬਚ ਕੇ ਨਿਕਲ ਜਾਂਦੇ ਨੇ ਪਰ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਉਦਰ ਪੰਜਾਬ ਤੋਂ ਸੰਸਦ ਮੈਂਬਰ ਅਵਨੀਤ ਸਿੰਘ ਬਿੱਟੂ ਆਤਵਾਦ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਦੇ ਲਈ ਸ਼੍ਰੀਨਗਰ ਪਹੁੰਚੇ ਬਿੱਟੂ ਜਿਨ੍ਹਾਂ ਨਾਲ ਜੰਮੂ ਦੇ ਕਸ਼ਮੀਰ ਦੇ ਸਥਾਨਕ ਲੀਡਰ ਸੁਰਿੰਦਰ ਸਿੰਘ ਚੰਨੀ ਵੀ ਮੌਜੂਦ ਸਨ ਉਹਨਾਂ ਨੇ ਦੁਖੀ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ دہشت گردਾਂ ਵੱਲੋਂ ਮਿੱਥ ਕੇ ਕੀਤੀਆਂ ਗਈਆਂ ਇਹ ਹੱਤਿਆਵਾਂ ਬਹੁਤ ਹੀ ਘਿਣਾਉਣੀਆਂ ਨੇ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਵਾਪਰਿਆ ਹਾਲੀਆ ਘਟਨਾਕਰਮ ਭਾਰਤ ਖਾਸ ਕਰਕੇ ਜੰਮੂ ਕਸ਼ਮੀਰ ਤੇ ਪੰਜਾਬ ਦੀ ਸ਼ਾਂਤੀ ਲਈ ਵੱਡਾ ਖਤਰਾ ਹੈ ਜਿਸ ਨਾਲ ਦੀ ਪਾਕਿਸਤਾਨ ਨਾਲ ਹੱਦ ਲੱਗਦੀ ਹੈ ਬਿੱਟੂ ਨੇ ਕਿਹਾ ਕਿ ਇਹ ਪਰਿਵਾਰ ਨ ਦੇ ਦਹਾਕੇ ਤੋਂ ਇਲਾਕੇ ਦੇ ਹਰ ਭਾਈਚਾਰੇ ਦੇ ਲੋਕਾਂ ਇਥੋਂ ਤੱਕ ਕਿ ਮੁਸਲਮਾਨਾਂ ਦੀ ਵੀ ਮਦਦ ਕਰਦੇ ਰਹੇ ਨੇ ਪਰ ਇਸ ਗੈਰ ਮਨੁੱਖੀ ਕਾਰਨਾਮੇ ਨੇ ਜੰਮੂ ਤੇ ਕਸ਼ਮੀਰ ਵਿੱਚ ਫਿਰਕੂ ਸਦ ਭਾਵਨਾ ਦੇ ਲਈ ਵੱਡਾ ਖਤਰਾ ਪੈਦਾ ਕਰ ਦਿੱਤਾ ਮਿੱਟੂ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਜੰਮੂ ਦੇ ਕਸ਼ਮੀਰ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਉਧਰ NCB ਨੇ ਮੁੰਬਈ ਤੱਟ ਨੇੜੇ 크ਰੂਜ਼ ਦੇ ਵਿੱਚੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਸੰਬੰਧੀ ਬਾਲੀਵੁੱਡ ਅਮਨੇਤਾ ਸ਼ਾਹਰੁਖ ਖਾਨ ਦੀ ਗੱਡੀ ਦੇ ਡਰਾਈਵਰ ਦਾ ਬਿਆਨ ਦਰਜ ਕੀਤਾ ਹੈ ਉਸ ਤੋਂ ਪੁੱਛ ਪੜਤਾਲ ਕੀਤੀ ਗਈ ਹੈ NCB ਦੇ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਸ਼ਨੀਵਾਰ ਸ਼ਾਮ ਨੂੰ ਦੱਖਣੀ ਮੁੰਬਈ ਦੇ NCB ਦਫ਼ਤਰ ਪਹੁੰਚਿਆ ਬਿਆਨ ਦਰਜ ਕਰਨ ਤੋਂ ਬਾਅਦ ਉਸ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ ਇਸ ਮਾਮਲੇ ਵਿੱਚ ਇੱਕ ਹੋਰ ਬੰਦੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਖੇਡਾਂ ਨਾਲ ਜੁੜੀ ਖਬਰ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਹਾਕੀ ਇੰਡੀਆ ਵੱਲੋਂ ਟੀਮ ਨੂੰ ਨਾਕੜਾਉਣ ਦੇ ਇੱਕ ਫੈਸਲੇ ਦੀ ਕੇਂਦਰੀ ਖੇਡ ਮੰਤਰੀ ਅਨਰਾਗ ਠਾਕੁਰ ਨੇ ਨ ਕਿ ਜਿੱਥੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੌਮੀ ਸੰਗ ਨੂੰ ਸਰਕਾਰ ਨਾਲ ਸਲਾਮ ਮਸ਼ਵਰਾ ਕਰਨਾ ਜ਼ਰੂਰੀ ਹੈ ਠਾਕੁਰ ਨੇ ਕਿਹਾ ਕਿ ਭਾਰਤੀ ਹੌਕੀ ਨੂੰ ਮੁੱਢ ਤੋਂ ਫੰਡ ਸਰਕਾਰ ਦਿੰਦੀ ਹੈ ਇਸੇ ਕਰਕੇ ਸਰਕਾਰ ਨੂੰ ਕੌਮੀ ਗੇਮ ਦੀ ਨੁਮਾਇੰਦਗੀ ਬਾਰੇ ਫੈਸਲਾ ਲੈਣ ਦਾ ਹਰ ਅਧਿਕਾਰ ਹੈ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਵਿੱਚ ਐਤਵਾਰ ਨੂੰ ਬੱਸ ਘਰ ਦੇ ਨਾਲ ਟਕਰਾ ਗਈ ਜਿਸ ਕਾਰਨ 34 ਲੋਕ ਜ਼ਖਮੀ ਹੋ ਗਏ ਬੱਸ ਦੇ ਡਰਾਈਵਰ ਨੇ ਆਪਣਾ ਕੰਟਰੋਲ ਗਵਾ ਦਿੱਤਾ ਜਿਸ ਤੋਂ ਬਾਅਦ ਬੱਸ ਨੇ ਘਰ ਵਿੱਚ ਟੱਕਰ ਮਾਰ ਦਿੱਤੀ ਬੱਸ 'ਚ ਸਫ਼ਰ ਕਰ ਰਹੇ 34 ਲੋਕ ਜ਼ਖਮੀ ਹੋ ਗਏ ਜਿਹੜੇ ਕਿ ਚੰਬਾ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਦਾਖਲ ਨੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਮੋੜ Hindu ਧਰਮ ਵਾਸਤੇ ਇੱਕ ਬਿਆਨ ਦਿੱਤਾ ਉਹਨੇ ਕਿ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਰਮਾਇਣ ਅਤੇ ਇਸ ਦੇ ਲੇਖਕ ਵਾਲਮੀਕ ਗੀਤਾ ਤੇ ਇਸ ਦੇ ਲੇਖਕ ਮਹਾਰਿਸ਼ੀ ਵੇਦ ਵ્યાਸ ਨੂੰ ਕੌਮੀ ਸਨਮਾਨ ਦੇਣ ਦਾ ਕਾਨੂੰਨ ਲਿਆਉਣਾ ਚਾਹੀਦਾ ਹੈ ਹਾਈ ਕੋਰਟ ਦੇ ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਕਿਹਾ ਕਿ ਸੰਵਿਧਾਨ ਕਿਸੇ ਨੂੰ ਨਾਸਤਿਕ ਵੰਨ ਦੀ ਇਜਾਜ਼ਤ ਤਾਂ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਦੇਵੀ ਦੇਵਤਿਆਂ ਦੇ ਵਿਰੁੱਧ ਅਸ਼ਲੀਲ ਟਿੱਪਣੀਆਂ ਕਰੇ ਜੱਜ ਨੇ ਟਿੱਪਣੀਆਂ ਹਾਥਰਸ ਦੇ ਇੱਕ ਆਕਾਸ਼ ਜੱਟਵ ਦੀ ਜ਼ਮਾਨਤ ਅਰਜ਼ੀ ਤੇ ਸੋਸ਼ਲ ਮੀਡੀਆ ਤੇ Hindu ਦੇਵੀ ਦੇਵਤਿਆਂ ਦੀਆਂ ਇਤਰਾਜਯੋਗ ਤਸਵੀਰਾਂ ਸਾਂਝੀਆਂ ਕਰਨ ਦੇ ਦੋਸ਼ ਅਧੀਨ ਕੀਤੀਆਂ ਜਿਸ ਨੂੰ 4 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਸਤੰਬਰ ਦੇ ਵਿੱਚ ਜਸਟਿਸ ਯਾਦਵ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਗਊ ਨੂੰ ਕੌਮੀ ਪਸ਼ੂ ਕੋਸ਼ਿਤ ਕੀਤਾ ਜਾਵੇ ਇਸ ਦੀ ਸੁਰੱਖਿਆ ਹਿੰਦੂ ਭਾਈਚਾਰੇ ਦੇ ਮਾਲਕ ਅਧਿਕਾਰਾਂ ਦਾ ਹਿੱਸਾ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਕ ਸੇਵਾ ਦੇ 20 ਸਾਲ ਪੂਰੇ ਹੋਣ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਨੇ ਦੇਸ਼ ਤੇ ਹਰ ਖੇਤਰ ਵਿੱਚ ਵਿਕਾਸ ਕੀਤਾ ਤੇ ਅੱਜ ਪੂਰਾ ਦੇਸ਼ ਵਿਕਾਸ ਦੇ ਰਾਹ ਤੇ ਹੈ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਹਰ ਵਿਰੋਧ ਦੇ ਨਾਲ ਮਜ਼ਬੂਤ ਹੁੰਦੇ ਜਾਂਦੇ ਨੇ ਤੇ ਦੇਸ਼ ਦੇ ਲੋਕ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਨੇ ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਸਿਆਸਤ ਦੇ ਵਿੱਚ ਆਪਣੇ 20 ਸਾਲ ਪੂਰੇ ਕੀਤੇ ਨੇ ਇਸੇ ਹਫ਼ਤੇ ਇਸ ਤਰ੍ਹਾਂ ਉਹਨਾਂ ਨੇ ਲਗਭਗ 13 ਸਾਲ ਤੱਕ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣਾ ਕਾਰਜਕਾਲ ਪੂਰਾ ਕੀਤਾ ਤੇ ਹੁਣ 7 ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਏਅਰ ਇੰਡੀਆ ਦੇ ਇਤਿਹਾਸਿਕ ਨਿੱਜੀਕਰਨ ਤੋਂ ਬਾਅਦ ਹੁਣ ਭਾਰਤ ਸਰਕਾਰ ਅਲਾਈਅੰਸ 에ਅਰ ਸਮੇਤ ਆਪਣੀਆਂ 4 ਹੋਰ ਸਹਾਇਕ ਕੰਪਨੀਆਂ ਦੇ ਨਿੱਜੀਕਰਨ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਪੀਟੀਆਈ ਦੇ ਮੁਤਾਬਕ ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਤੋਹਿੰਕਾਂਤ ਪਾਂਡੇ ਨੇ ਕਿਹਾ ਕਿ ਅਲਾਈਅੰਸ 에ਅਰ ਤੋਂ ਇਲਾਵਾ 14000 ਕਰੋੜ ਰੁਪਏ ਦੀ ਜ਼ਮੀਨ ਅਤੇ ਹੋਰ ਸੰਪਤੀਆਂ ਦਾ ਨਿੱਜੀਕਰਨ ਕੀਤਾ ਜਾਵੇਗਾ। ਤੋਹਿੰਕਾਂਤ ਪਾਂਡੇ ਦੇ ਮੁਤਾਬਕ ਹੁਣ AEHL ਦੀ ਸੰਪਤੀ ਵੇਚੀ ਜਾਵੇਗੀ ਤਾਂ ਜੋ ਕਰਜ਼ੇ ਦਾ ਭੁਗਤਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੀ ਪੂਰੀ ਵਿਕਰੀ ਹੋਣ ਤੋਂ ਬਾਅਦ ਹੀ ਇਹਨਾਂ ਸੰਪਤੀਆਂ ਦੇ ਨਿੱ جا سکتا ہے۔ ਲੰਗਿਏ 8 ਅਕਤੂਬਰ ਨੂੰ ਸਰਕਾਰ ਨੇ ਦੱਸਿਆ ਸੀ ਕਿ ਟਾਟਾ ਗਰੁੱਪ ਨੇ ਇਸ 18000 ਕਰੋੜ ਰੁਪਏ ਦੀ ਬੋਲੀ ਲਾ ਕੇ 에ਅਰ ਇੰਡੀਆ ਨੂੰ ਖਰੀਦ ਲਿਆ। ਟਾਟਾ ਗਰੁੱਪ ਨੇ 2700 ਕਰੋੜ ਰੁਪਏ ਕੈਸ਼ ਵਿੱਚ ਦਿੱਤੇ ਨੇ ਤੇ 에ਅਰ ਇੰਡੀਆ ਦਾ 15300 ਕਰੋੜ ਰੁਪਏ ਦਾ ਕਰਜ਼ਾ ਆਪਣੇ ਉੱਤੇ ਲਿਆ। ਪਾਕਿਸਤਾਨ ਤੋਂ ਖਬਰ ਹੈ ਜਿੱਥੇ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਮੋਢੀ ਅਬਦੁਲ ਕਦੀਰ ਖਾਨ ਨਹੀਂ ਰਹੇ 85 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਹੈ ਖਾਨ ਦਾ ਇਸਲਾਮਾਬਾਦ ਦੇ ਖਾਨ ਰਿਸਰਚ ਲੈਬਾਰਟਰੀ ਹਸਪਤਾਲ ਦੇ ਵਿੱਚ ਸਵੇਰੇ 7 ਵਜੇ ਦੇਹਾਂਤ ਹੋ ਗਿਆ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ ਇਸ ਤੋਂ ਪਹਿਲਾਂ ਇਹ ਇਲਜ਼ਾਮ ਵੀ ਲੱਗੇ ਸੀ ਕਿ ਪਾਕਿਸਤਾਨ ਦੀ ਜਿਹੜੀ ਇਮਰਾਨ ਖਾਨ ਸਰਕਾਰ ਹੈ ਉਹ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਦੀ ਕੋਈ ਮਦਦ ਨਹੀਂ ਕਰ ਰਹੀ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ